ਸਵਾਗਤ ਹੈ ਹੁਸ਼ਿਆਰਪੁਰ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਹਾਂ ਚੇਤਨ ਕਸ਼ਪ ਸੌਣ ਵਾਲੀ ਵੀ ਫਰਵਰੀ ਨੂੰ ਪੰਜਾਬ ਦੀ ਸੱਤਾ ਲਈ ਚੋਣਾਂ ਹੋਣ ਜਾ ਰਹੀਆਂ ਨੇ ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਮੌਜੂਦਾ ਸਮੇਂ ਚ ਹਰ ਇੱਕ ਰਾਜਸੀ ਪਾਰਟੀ ਵੱਲੋਂ ਪੂਰੀ ਵਲਗਾਈ ਜਾ ਰਹੀ ਹੈ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਬਣਾਈ ਜਾ ਰਹੀ ਹੈ ਸੋ ਅਜਿਹੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਲਈ ਕਿਸਾਨੀ ਅੰਦੋਲਨ ਨੂੰ ਲੈ ਕੇ ਮੁੱਖ ਚੁਣੌਤੀਆਂ ਰਹਿਣਗੀਆਂ ਮੇਰੇ ਨਾਲ ਇਸ ਵਕਤ ਹੁਸ਼ਿਆਰਪੁਰ ਤੋਂ ਭਾਜਪਾ ਦੇ ਸੀਨੀਅਰ ਆਗੂ ਅਤੇ ਉਮੀਦਵਾਰ ਦਿਖਸ਼ਨ ਸੂਤ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਸੂ ਸਾਹਿਬ ਮਹਿਜ ਸ਼ੇਕੂ ਦਿਨਾਂ ਦਾ ਸਮਾਂ ਹੈ ਜਿਹੜਾ ਚੋਣ ਪ੍ਰਚਾਰ ਨੂੰ ਹੋ ਰਿਹਾ ਰਹਿੰਦਾ ਹੈ 20 ਫਰਵਰੀ ਨੂੰ ਪੰਜਾਬ ਦੀ ਸੱਤਾ ਲਈ ਚੋਣਾਂ ਹੋਣ ਜਾ ਰਹੀਆਂ ਨੇ ਕਿਸ ਤਰ੍ਹਾਂ ਦਾ ਪਾਰਟੀ ਕੈਂਪੇਨ ਚੱਲ ਰਹੀ ਹੈ ਪਾਰਟੀ ਦੇ ਔਰ ਕੀ ਲੋਕ ਦਾ ਹੰਗਾਰਾ ਮਿਲ ਰਿਹਾ ਅਸੀਂ ਕੈਂਪੇਨ ਚ ਕੁਝ ਲੇਟ ਉਤਰਿਆ ਪਰ ਜੋ ਸਪੀਡ ਸਾਡੀ ਆ ਔਰ ਜੋ ਹੰਗਾਰਾ ਪਬਲਿਕ ਦਾ ਔਰ ਜੋ ਸਾਡੀ ਸਪੀਡ ਆ ਉਦੇ ਵਿੱਚ ਅਸੀਂ ਇਸ ਵੇਲੇ ਬਾਕੀ ਦੀਆਂ ਦੋਨਾਂ ਪਾਰਟੀਆਂ ਤੋਂ ਕਾਫੀ ਅੱਗੇ ਹਾਂ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਅਧਿਕ ਲੋਕਤਾਜ ਆਮ ਆਦਮੀ ਪਾਰਟੀ ਨਾ ਕਰ ਰਹੀਆ ਔਰ ਅਧਿਕ ਲੋਕ ਅੱਜਕੱਲ ਕਾਂਗਰਸ ਨਾਲ ਗਿੰਦੇ ਆ ਸੋ ਚਾਹੇ ਕਿਸੇ ਨਾਲ ਵੀ ਮੁਕਾਬਲਾ ਕਿਨਿਆ ਜਾਵੇ ਭਾਰਤੀ ਜਨਤਾ ਪਾਰਟੀ ਪਹਿਲੇ ਨੰਬਰ ਤੇ ਹੈ ਹੀ ਉਹ ਸਭ এজেন্ডਾ ਹੋਣਾ ਕਿਸੇ ਵੀ ਕੰਮ ਨੂੰ ਜਦੋਂ ਪੂਰਾ ਕਰਨਾ ਹੈ ਟੀਚਾ ਹੋਣਾ ਬਹੁਤ ਜ਼ਰੂਰੀ ਹੈ ਵਿਜ਼ਨ ਕੀ ਹੈ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਵਿੱਚ ਬਿਲਕੁਲ ਕਲੀਅਰ ਵਿਜ਼ਨ ਆ ਨਮਾ ਪੰਜਾਬ ਬਣਾਣਾ ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਕਦੇ ਵੀ ਇਕੱਲੀ ਨੂੰ ਮੌਕਾ ਨਹੀਂ ਮਿਲਿਆ ਪੰਜਾਬ ਨੂੰ ਚਲਾਉਣ ਦਾ ਔਰ ਭਾਰਤੀ ਜਨਤਾ ਪਾਰਟੀ ਨੇ ਜਿਹੜੇ-ਜਿਹੜੇ ਸੂਬਿਆਂ 'ਚ ਵੀ ਸਰਕਾਰ ਚਲਾਈ ਆ ਉਹ ਬਿਲਕੁਲ ਇੱਕ ਸਵੱਛ ਕ腐ਸ਼ਨ ਫਰੀ ਰਾਜ ਦਿੱਤਾ ਔਰ ਕਤਾਰ ਦੇ ਵਿੱਚ ਅਖੀਰੀ ਵਿਅਕਤੀ ਨੂੰ ਰੱਖ ਕੇ ਪਾਲਿਸੀਆਂ ਬਣਾਈਆਂ ਗਰੀਬ ਤੋਂ ਗਰੀਬ ਨੂੰ ਰੱਖ ਕੇ ਪਾਲਿਸੀਆਂ ਬਣਾਈਆਂ ਔਰ ਡਵੈਲਪਮੈਂਟ ਦੇ ਉੱਥੇ ਨਵੇਂ ਰਸਤੇ ਖੁੱਲੇ ਆ ਇਸ ਤੋਂ ਰਵਾ ਚਾਹੇ ਤੁਸੀਂ ਉੱਤਰ ਪ੍ਰਦੇਸ਼ ਲੈ ਲਓ ਚਾਹੇ ਗੁਜਰਾਤ ਲੈ ਲਓ ਲਾਅ ਐਂਡ ਆਰਡਰ ਦੀ ਸਥਿਤੀ ਜੋ ਹਰ ਜਗ੍ਹਾ ਹੀ ਬਹੁਤ ਸੁਧਾਰ ਹੋਇਆ ਹੈਗਾ ਉਹ ਦੂਸਰੀ ਗੱਲ ਇਹ ਆ ਕਿ ਸੈਂਟਰ 'ਚ ਆਪਣੀ ਸਰਕਾਰ ਹੋਣੇ ਕਾਰਨ ਕਾਰਨ ਅੱਜ ਜਿਸ ਤਰ੍ਹਾਂ ਪੰਜਾਬ ਦੀ ਆਰਥਿਕਤਾ ਲੜਖੜਾ ਰਹੀ ਆ ਪੰਜਾਬ ਦੀ ਕਾਨੂੰਨ ਵਿਵਸਥਾ ਲੜਖੜਾ ਰਹੀ ਆ ਪੰਜਾਬ ਦੀ ਸਿਕਿਉਰਿਟੀ ਸੇਫਟੀ ਖਤਰੇ 'ਚ ਆ ਉਹਨਾਂ ਸਾਰੀਆਂ ਚੀਜ਼ਾਂ ਦਾ ਹੱਲ ਤਾਂ ਇੱਕੋ ਇੱਕ ਆ ਕਿ ਸੈਂਟਰ ਦੀ ਸਰਕਾਰ ਦੀ ਮਦਦ ਬਿਨਾਂ ਪੰਜਾਬ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਸਕਦਾ ਪੰਜਾਬ ਅੱਗੇ ਨਹੀਂ ਵੱਧ ਸਕਦਾ ਪੰਜਾਬ ਡਿਵੈਲਪ ਨਹੀਂ ਹੋ ਸਕਦਾ ਪੰਜਾਬ ਦੇ ਨਸ਼ਿਆਂ ਤੇ ਵੀ ਕੰਟਰੋਲ ਨਹੀਂ ਹੋ ਸਕਦਾ ਇਸ ਕਰਕੇ ਸੈਂਟਰ 'ਚ ਸਰਕਾਰ ਹੋਣ ਦਾ ਵਾਅਦਾ ਸਾਰਾ ਪੰਜਾਬ ਨੂੰ ਮਿਲੇਗਾ ਜੇ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਦੀ ਹੈ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਾਲਾਂਕਿ ਹੁਣ ਤੁਹਾਡੇ ਭਾਈਵਾਲ ਨੇ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਜਿਵੇਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਮੈਂ 4 ਮਹੀਨਿਆਂ ਦੇ ਵਿੱਚ ਨਸ਼ਾ ਪੂਰੇ ਪੰਜਾਬ ਚੋਂ ਖਤਮ ਕਰ ਦਿਆਂਗਾ ਹੁਣ ਭਾਰਤੀ ਜਨਤਾ ਪਾਰਟੀ ਪਾਰਟੀ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਨਸ਼ਾ ਖਤਮ ਕਰਨੀ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਨਸ਼ਾ ਖਤਮ ਕਰਨ ਨੂੰ ਭਾਰਤੀ ਜਨਤਾ ਪਾਰਟੀ ਆ ਜਿਹੜੀਆਂ ਨਵੀਆਂ ਸਕੀਮਾਂ ਲੌਂਚ ਕਰੇਗੀ ਕੀ ਸਕੀਮਾਂ ਜਿਹੜੀਆਂ ਜਿਹੜੀਆਂ ਭਾਜਪਾ ਦੇ ਦਿਮਾਗ ਦੇ ਵਿੱਚ ਚੱਲ ਰਹੀਆਂ ਨੇ ਲੋਕਾਂ ਨੂੰ ਪਤਾ ਵੀ ਹੋਣਾ ਚਾਹੀਦਾ ਨੇ ਕੀ ਸਕੀਮਾਂ ਲਿਆ ਕੇ ਆ ਰਹੀ ਹੈ ਭਾਜਪਾ ਦੇਖੋ ਸਕੀਮਾਂ ਲਿਆ ਰਹੀ ਆ ਉਹ ਸਕੀਮਾਂ ਦਾ ਪਰ ਜਨਤਾ ਦਾ ਵਿਸ਼ਵਾਸ ਕਿੱਥੋਂ ਲਿਆਣਾ ਇਹ ਕੈਪਟਨ ਨੇ ਕਿਹਾ ਸੀਗਾ ਕਿ ਮੈਂ ਮੈਂ 4 ਹਫਤੇਾਂ ਜ ਨਸ਼ਾ ਕਰੂੰਗਾ ਉਹ ਕੈਪਟਨ ਨੇ ਇਹ ਕਿਹਾ ਸੀ ਉਹਨਾਂ ਦੇ ਮੈਨੀਫੈਸਟੋ ਚ ਲਿਖਿਆ ਸੀਗਾ ਪਰ ਉਹ ਮੈਨੀਫੈਸਟੋ ਇੰਪਲੀਮੈਂਟ ਕਿਦਾਂ ਹੋਵੇ ਭਾਰਤੀ ਜਨਤਾ ਪਾਰਟੀ ਨੂੰ ਲੋਕਾਂ ਦਾ ਵਿਸ਼ਵਾਸ ਇਸ ਕਰਕੇ ਪ੍ਰਾਪਤਾ ਕਿ ਭਾਰਤੀ ਜਨਤਾ ਦੀ ਕਥਨੀ ਕਰਨੀ ਚ ਫਰਕ ਨਹੀਂ ਭਾਰਤੀ ਜਨਤਾ ਪਾਰਟੀ ਤੇ ਲੋਕੀ ਇਸ ਕਰਕੇ ਵਿਸ਼ਵਾਸ ਕਰਦੇ ਆ ਕਿ ਭਾਰਤੀ ਜਨਤਾ ਪਾਰਟੀ ਹੀ ਨਸ਼ਾ ਦੂਰ ਦੇ ਜਿਹੜੀ ਹੈ ਹੈਗੀ ਐਲਾਨ ਤੋਂ ਦੂਰ ਕਰ ਸਕਦੇ ਕਿਉਂਕਿ ਤੁਸੀਂ ਉਹ ਐਸਟੀਐਫ ਦੀ ਰਿਪੋਰਟ ਜਿਹੜੀ ਹਾਈ ਕੋਰਟ ਚ ਆ ਉਹਦੇ ਬਾਰੇ ਤੁਹਾਨੂੰ ਪਤਾ ਹੋਣਾ ਉਹਦੇ ਵਿੱਚ ਜਿੱਲੇ ਖੁੱਲ ਰਹੀ ਆ ਤਾਂ ਕਾਂਗਰਸ ਦੇ ਲੀਡਰਾਂ ਦੀ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਔਰ ਸ਼ਰਮਨਿ ਅਕਾਲੀ ਦਲ ਦੇ ਲੀਡਰਾਂ ਦੇ ਨਾਂ ਮੰਦੇ ਕਿਤੇ ਨਾ ਕਿਤੇ ਇਸ ਕਰਕੇ ਉਹ ਰੋਕੀ ਗਈ ਹੈ ਮੁਜੀਠਿਆ ਸਾਹਿਬ ਤੇ ਜਿਹੜੀ ਐਫ ਆਈ ਆਰ ਹੋਈ ਹੈ ਉਸੇ ਰਿਪੋਰਟ ਦੇ ਆਧਾਰ ਤੇ ਹੋਈ ਹੈ ਸੁਖਪਾਲ ਖਹਿਰਾ ਕਦੀ ਆਮ ਆਦਮੀ ਪਾਰਟੀ ਚ ਆ ਤੇ ਕਾਂਗਰਸ ਕਦੀ ਕਾਂਗਰਸ ਚ ਇਹਨਾਂ ਦੇ ਸਾਰੀਆਂ ਪਾਰਟੀਆਂ ਦੇ ਲੀਡਰ ਵਰਕਰ ਵੱਡੇ ਉਹ ਨਸ਼ੇ ਦੇ ਵਪਾਰ 'ਚ ਇਨਵੋਲਡ ਆ ਜਿਹੜੇ ਲੋਕ ਆਪ ਕਿਸੇ ਵੀ ਇਸ਼ੂ ਦੇ ਵਿੱਚ ਇੰਟਰਸਟਿਡ ਹੋਣ ਉਹਨਾਂ ਦਾ ਕੋਈ ਹਿੱਤ ਹੋਵੇ ਉਹਨਾਂ ਨੂੰ ਕੋਈ ਲਾਭ ਹੁੰਦਾ ਹੋਵੇ ਉਹਨਾਂ ਦਾ ਕੋਈ ਵਪਾਰ ਨਾਲ ਸੰਬੰਧ ਹੋਵੇ ਉਹ ਕਿਉਂ ਨਸ਼ਾ ਖਤਮ ਕਰਨਗੇ ਉਹਨਾਂ ਤੇ ਕਿਉਂ ਜਨਤਾ ਵਿਸ਼ਵਾਸ ਕਰੂਗੀ ਪਏ ਨਸ਼ਾ ਖਤਮ ਕਰ ਦੇਣਗੇ ਅੱਗੇ ਬੀਐਸਐਫ ਦਾ ਦਾਇਰਾ 50 ਕਿਲੋਮੀਟਰ ਕੀਤਾ ਗਿਆ 15 ਕਿਲੋਮੀਟਰ ਤੋਂ ਕਿਨਾਂ ਨੂੰ ਤਕਲੀਫ ਹੋਈ ਆ ਉਹਨਾਂ ਲੋਕਾਂ ਨੂੰ ਤਕਲੀਫ ਹੋਈ ਆ ਜਿਹੜੇ ਨਸ਼ਿਆਂ ਦੇ ਵਪਾਰ 'ਚ ਲੱਗੇ ਹੋਇਆ ਸੀਆਰਪੀਐਫ ਨੇ ਕੋਈ ਪਰਚਾ ਨਹੀਂ ਦਰਜ ਕਰਨਾ ਸੀ ਕੋਈ ਕੇਸ ਨਹੀਂ ਬਣਾਉਣਾ ਸੀ ਇੱਕ ਸਰਚ ਜਿਹੜੀ ਹੈਗੀ ਉਹ ਗਹਿਨ ਕਰਨੀ ਸੀ ਪੁਲਿਸ ਉਹਨੇ ਗਹਿਨ ਸਰਚ ਨਹੀਂ ਕਰ ਸਕਦੇ ਪੁਲਿਸ ਨੂੰ ਅਸ਼ਿਸ਼ਟ ਕਰਨਾ ਸੀ ਔਰ ਉਹਦੇ ਨਾਲ ਕੋਈ ਨੁਕਸਾਨ ਨਹੀਂ ਹੋਣੇ ਵਾਲਾ ਸੀ ਜਿਹੜੇ ਉੱਥੇ ਕਾਰੋਬਾਰੀ ਹੈਗੇ ਆ ਅੱਜ ਡਰੋਨ ਆ ਰਹੇ ਆ ਡਰੋਨ ਡਰੱਗਸ ਫੈਂਕ ਸਟਰੇ ਆ ਡਰੋਨ ਆਰਮਸ ਸਟਰੇ ਆ ਡਰੋਨ ਲਿਟਰੇਚਰ ਸਟਰੇ ਆ ਨਸ਼ਾ ਸਟਰੇ ਆ ਤਾਂ ਉਹਨਾਂ ਲੋਕਾਂ ਨੂੰ ਜਿਹੜੇ ਡਰੱਗਸ ਦੇ ਕਾਰੋਬਾਰ ਦੇ ਵਿੱਚ ਲੱਗੇ ਹੋਏ ਸੀ ਉਹਨਾਂ ਨੂੰ ਚਿੰਤਾ ਹੋ ਗਈ ਪਈ ਤਾਂ ਅਸੀਂ ਫੜੇ ਜਾਵਾਂਗੇ ਬੀਐਸਬ ਤਾਂ ਤਲਾਸ਼ੀ ਲਾਉਗੀ ਛਾਣਬੀਨ ਕਰੂਗੀ ਸੋ ਭਾਰਤੀ ਜਨਤਾ ਪਾਰਟੀ ਇੱਕ ਤਾਂ ਇਹ ਆ ਕਿ ਜਿਹੜੀ ਬਾਰਡਰ ਤੋਂ ਆਂਦੀ ਹੈਗੀ ਆ ਨਸ਼ਾ ਉਹਨੂੰ ਰੋਕਣ ਲਈ ਇੱਕ ਸਟੈਪ ਲਿਆ ਹੋਰ ਸਟੈਪ ਲਾਉਗੀ ਹੋਰ ਛਾਣਬੀਨ ਗਹਿਨ ਹੋਊਗੀ ਜਿਹੜੇ ਨਸ਼ੇ ਦੇ ਵਪਾਰੀ ਆ ਉਹਨਾਂ ਦੇ ਟਿਪਸ ਲੈ ਕੇ ਤਾਂ ਉਹਨਾਂ ਨੂੰ ਪਕੜੇਗੀ ਫਿਰ ਨਸ਼ਾ ਛਡਾਊ ਕੇਂਦਰ ਹੁਣ ਸਾਡੀ ਪਿਛਲੀ ਸਰਕਾਰ ਵੇਲੇ ਬਣਾਈ ਸੀ ਹੁਣ ਉਹ ਬਿਲਕੁਲ ਨਾਮ ਮਾਤਰ ਚਿੱਟੇ ਹਾਥੀ ਰਹਿ ਗਏ ਆ ਉਹਨਾਂ ਨੂੰ ਇਫੈਕਟਿਵ ਬਣਾਉਗੇ ਨਸ਼ੇ ਦੇ ਇਲਾਜ ਵਾਸਤੇ ਸਪੈਸ਼ਲ ਪ੍ਰਬੰਧ ਕੀਤੇ ਜਾਣਗੇ ਮੋਟੀਵੇਸ਼ਨ ਕੇਂਦਰ ਸਥਾਪਿਤ ਕੀਤੇ ਜਾਣਗੇ ਸੋ ਭਾਰਤੀ ਜਿਹੜਾ ਜਿਹੜਾ ਲੋਕ ਜਿਹੜਾ ਕੋਈ ਵੀ ਪਾਰਟੀ ਜਿਹੜਾ ਬੰਦਾ ਜਿਹੜਾ ਸੀਰੀਅਸਲੀ ਸੋਚਦਾ ਹੋਵੇ ਕਿ ਮੈਂ ਖਤਮ ਕਰਨਾ ਸਿਰਫ ਉਹ ਹੀ ਖਤਮ ਕਰ ਸਕਦਾ ਸੋ ਸਾ ਵੀਸ ਤੋਂ ਪਹਿਲਾਂ ਮੈਂ ਕਈ ਵਾਰ ਤੁਹਾਡੇ ਨਾਲ ਇਹ ਗੱਲਬਾਤ ਕਰ ਚੁੱਕਿਆ ਹਾਂ on camera ਤੁਹਾਡੇ ਵੱਲੋਂ ਹੁਸ਼ਿਆਰਪੁਰ ਤੋਂ ਮੌਜੂਦਾ ਵਿਧਾਇਕ ਸਾਬਕਾ ਮੰਤਰੀ ਜੋ ਇੰਡਸਟਰੀ ਮੰਤਰੀ ਸੀਗੇ ਮਿਸਟਰ ਸੀ ਸੁੰਦਰ ਸ਼ਾਮ ਰਵੜਾ ਤੇ ਬੜੇ ਤੰਜ਼ ਗੱਸੇ ਜਾਂਦੇ ਨੇ ਲੰਬੇ ਹੱਥੀ ਲਿਆ ਜਾਂਦਾ ਦੂਜੇ ਪਾਸੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਗੱਲ ਕਰੀਏ ਉਹਨਾਂ ਦੀ ਜਿੱਤ ਦੇ ਵਿੱਚ ਤਿਕਸ਼ਨ ਸੂਤ ਵੱਲੋਂ ਮਹੱਤਵਪੂਰਨ ਭੂਮਿਕਾ ਨਿਭਾਈ ਗਈ ਹੈ ਆ ਤਕਰੀਬਨ 11 ਤੋਂ 11000 ਤੋਂ ਵਧੇਰੇ ਦੀ ਲੀਡ ਹੈ ਉਹਨਾਂ ਨੂੰ 2019 ਦੇ ਵਿੱਚ ਹੁਸ਼ਿਆਰਪੁਰ ਤੋਂ ਮਿਲੀ ਸੀ ਅੱਜ 3 ਸਾਲ ਦਾ ਸਮਾਂ ਬੀਤ ਚੁੱਕਿਆ ਸੋਮ ਪ੍ਰਕਾਸ਼ ਹ ਦੇਖੋ ਸੰਪ੍ਰਕਾਸ਼ ਜੀ ਦੇ ਜਿੱਤਨੇ ਦੇ ਬਾਅਦ ਛੇਤੀ ਹੀ ਇੱਕ ਤਾਂ ਕਰੋਨਾ ਕਾਲ ਆ ਗਿਆ ਫਿਰ ਕਿਸਾਨ ਅੰਦੋਲਨ ਆ ਗਿਆ ਭਾਰਤੀ ਜਨਤਾ ਪਾਰਟੀ ਨੂੰ ਟਾਰਗੇਟ ਕੀਤਾ ਗਿਆ ਇਸ ਕਰਕੇ ਸੋਮਪ੍ਰਕਾਸ਼ ਜੀ ਖੁੱਲ ਕੇ ਉਹ ਸਾਰੇ ਕੰਮ ਨਹੀਂ ਕਰ ਸਕੇ ਜੋ ਉਹਨਾਂ ਦੇ ਸੋਚ ਵਿੱਚ ਸੀਗੇ ਜੋ ਕਰਨਾ ਚਾਹੁੰਦੇ ਸੀ ਪਰ ਉਹਦੇ باوجود ਵੀ ਹੁਸ਼ਿਆਰਪੁਰ ਦੇ ਲੋਕਾਂ ਦੀਆਂ ਛੋਟੀਆਂ-ਮੋਟੀਆਂ ਮੰਗਾਂ ਉਹ ਤਾਂ ਛੱਡੋ ਸਭ ਕਰਦੇ ਹੀ ਆ ਸਾਡੇ ਇੱਥੇ ਇੱਕ ਬੜੀ ਵੱਡੀ ਸਮੱਸਿਆ ਸੀ ਟ੍ਰੇਨ ਦਾ ਪਲੇਟਫਾਰਮ ਟ੍ਰੇਨ ਤੋਂ ਕਿਤੇ ਛੋਟਾ ਸੀ ਜਿਹਦੇ ਨਾਲ ਐਕਸੀਡੈਂਟ ਬਹੁਤ ਹੁੰਦੇ ਸੀ ਹੁਣ ਉਹ ਰੇਲਵੇ ਦਾ ਟ੍ਰੇਨ ਦਾ ਪ੍ਰੋਪਰ ਪਲੇਟਫਾਰਮ ਜਿਹੜਾ ਮਨਜ਼ੂਰ ਹੋਇਆ ਹੀ ਨਹੀਂ ਕੱਲਾ ਉੱਤੇ ਕੰਮ ਹੋ ਗਿਆ ਔਰ ਕੰਪਲੀਸ਼ਨ ਦੇ ਲਾਗੇ ਆ ਹੁਸ਼ਿਆਰਪੁਰ ਵਿੱਚ ਸਿਹਤ ਸੇਵਾਵਾਂ ਸਭ ਤੋਂ ਕਮਜ਼ੋਰ ਅਸਲ ਇੱਕ ਮੁੱਦਾ ਸੀ ਸਭ ਤੋਂ ਕਮਜ਼ੋਰ ਇੱਕ ਕੜੀ ਸੀ ਜਿਹੜੀ ਹੁਸ਼ਿਆਰਪੁਰ ਵਾਸੀਆਂ ਨੂੰ ਹਮੇਸ਼ਾ ਹੀ ਖਾਂਦੀ ਸੀ ਕਿ ਸਾਨੂੰ ਛੋਟੇ ਜਿਹੇ ਇਲਾਜ ਲਈ ਜਾਂ ਤਾਂ ਪ੍ਰਾਈਵੇਟ ਹਸਪਤਾਲਾਂ ਜਾਣਾ ਪੈਂਦਾ ਜਾਂ ਸਾਨੂੰ ਚੰਡੀਗੜ੍ਹ ਲੁਧਿਆਣਾ ਜਲੰਧਰ ਰੈਫਰ ਕੀਤਾ ਜਾਂਦਾ ਉਹ ਮੈਡੀਕਲ ਕਾਲਜ ਲੈ ਕੇ ਆਏ ਸੈਂਟਰ ਦੀ ਸਕੀਮ ਦਾ ਔਰ ਜੇ ਰੁਕਿਆ ਆ ਤਾਂ ਸਿਰਫ ਸਟੇਟ ਗਵਰਨਮੈਂਟ ਦੇ ਜੋ ਲੈਂਡ ਵਗੈਰਾ ਕਲੀਅਰ ਨਾ ਕਰਨੇ ਦਾ ਹੁਣ ਤੱਕ ਜਾਂ ਉਹ ਇੱਕ ਇਹਦਾ ਕ੍ਰੈਡਿਟ ਲੈਣਾ ਚਾਹੁੰਦੇ ਸੀ ਐਸੀਆਂ ਉਹਨਾਂ ਦੀਆਂ ਚਲਾਕੀਆਂ ਕਾਰਵਾਈਆਂ ਸੀ ਤਾਂ ਰੁਕਿਆ ਔਰ ਹੁਣ ਸਾਡਾ ਦਾਵਾ ਹੈ ਕਿ ਉਹ ਮੈਡੀਕਲ ਕਾਲਜ 1.5 ਤੋਂ 2 ਸਾਲ ਦੇ ਵਿੱਚ ਵਿੱਚ ਬਣ ਕੇ ਤਿਆਰ ਹੋ ਜਾਊਗਾ ਸ਼ਾਰਪੁਰ ਨੂੰ ਸਿਹਤ ਸੁਵਿਧਾਵਾ ਮਿਲਣ ਗਿਆ ਫੇਰ ਇੱਥੇ ਦੇ ਸਾਰੇ ਐਂਟਰੀਆਂ ਜਿਹੜੀਆਂ ਹੈਗੀਆਂ ਹੁਸ਼ਿਆਰਪੁਰ ਦੀਆਂ 4 ਲੇਨਿੰਗ ਨਾਲ ਜੁੜ ਰਹੀਆਂ ਉਹ ਸੋਮ ਪ੍ਰਕਾਸ਼ ਜੀ ਸੈਂਟਰ ਦੇ ਵਿੱਚ ਬੈਠੇ ਆ ਉਹਨਾਂ ਦੀ ਹੀ ਨਿਗਰਾਨੀ ਚ ਦੇਖ ਰਿਖ ਚ ਸਾਰੇ ਪ੍ਰੋਜੈਕਟ ਬਣੇ ਆ ਚਾਹੇ ਉਹ ਉਨਾਂ ਰੋੜਾ ਚਾਹੇ ਉਹ ਟਾਂਡਾ ਰੋੜਾ ਚਾਹੇ ਉਹ ਸਵਾੜਾ ਰੋੜਾ ਸਾਰੇ ਦੇ ਸਾਰੇ 4 ਲੇਨਿੰਗ ਹੋ ਰੇ ਆ ਸੋ ਸੋਮ ਪ੍ਰਕਾਸ਼ ਜੀ ਦੇ ਜਿੱਦਾਂ ਦਾ ਇਦਾਂ ਦੇ ਹਾਲਾਤ ਵਿੱਚ ਵੀ ਹੁਸ਼ਿਆਰਪੁਰ ਵਾਸਤੇ ਬਹੁਤ ਵੱਡੇ ਵੱਡੇ ਕੰਮ ਕੀਤੇ ਆ ਔਰ ਇੱਕ ਸੜਕ ਜਿਹੜੀ ਆ ਚੌੜੀ ਕਰਨੇ ਦਾ ਕੰਮ ਆ ਪਟਿਆੜੀਆਂ ਤੋਂ ਚਗਰਾਂ ਤੱਕ ਉਹ ਪ੍ਰਾਈਮ ਮਿਨਿਸਟਰ ਆਪਣੇ ਸੜਕ ਯੋਜਨਾ ਚ ਉਹਨਾਂ ਨੇ ਪਵਾਈ ਹੈਗੀ ਆ ਉਹ ਵੀ ਇੱਕ ਵੱਡਾ ਪ੍ਰੋਜੈਕਟ ਆ ਸੋ ਕਾਫੀ ਕੁਛ ਉਹਨਾਂ ਦੇ ਵੇਲੇ ਹੋ ਰਿਹਾ ਔਰ ਹੋਏਗਾ ਹਲੇ ਸਮਾਂ ਹੈਗਾ ਜੇਕਰ ਮਹਿੰਗਾਈ ਦੀ ਗੱਲ ਕਰੀਏ ਤਾਂ 2014 ਤੋਂ ਪਹਿਲਾਂ ਜਦੋਂ ਭਾਰਤੀ ਜਨਤਾ ਪਾਰਟੀ ਵਿਰੋਧੀ ਧਿਰ ਵਜੋਂ ਇਹ ਲੋਕ ਸਭਾ ਦੇ ਵਿੱਚ ਸੀ ਜਾਂ ਜਿੱਥੇ ਇੱਥੇ ਵੀ ਸੀਗੀ 2 ਰੁਪਏ ਸਿਲੰਡਰ ਮਹਿੰਗਾ ਹੁੰਦਾ ਸੀ ਪੈਟਰੋਲ ਮਹਿੰਗਾ ਹੁੰਦੀ ਤਾਂ ਭਾਰਤੀ ਜਨਤਾ ਪਾਰਟੀ ਸਾਰਾ ਦੇਸ਼ ਚਿਰ ਤੇ ਚੱਕ ਲੈਂਦੀ ਸੀ ਅੱਜ ਪੈਟਰੋਲ ਦੇ ਕੀ ਭਾਅ ਹੈ ਅੱਜ ਦਾਲਾਂ ਕਿਸ ਮੋਲ ਤੱਕ ਪਹੁੰਚ ਗਈਆਂ ਨੇ ਸਰੋਂ ਦੇ ਤੇਲ ਦੇ ਕੀ ਭਾਅ ਫੇ ਕਿੱਦਾਂ ਕਿਉਂ ਤੁਹਾਨੂੰ ਲੋਕ ਵੋਟ ਪਾਉਣਗੇ ਐਦਾਂ ਦੇ ਭਾਅ ਤਾਂ 2004 ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਵੀ ਚੜੇ ਸੀ ਪਰ 2009 ਚ ਫੇਰ ਵੀ ਲੋਕਾਂ ਨੇ ਕਾਂਗਰਸੀ ਸਰਕਾਰ ਚੁਣੀ ਸੀ ਮਹਿੰਗਾਈ ਜਿਹੜੀ ਹੈਗੀ ਆ ਉਹ ਕਾਫੀ ਹੱਦ ਤੱਕ ਇੰਟਰਨੈਸ਼ਨਲ ਫੀਨੋਮੈਨਾ ਨਾਲ ਜੁੜੀ ਹੁੰਦੀ ਆ ਪਰ ਤੁਸੀਂ ਇਹ ਦੇਖੋ ਕਿ ਉਹਨਾਂ ਨੇ ਕਾਂਗਰਸ ਨੇ ਹਮੇਸ਼ਾ ਕੋਟਾਲੇ ਕੀਤੇ ਤੇ ਭਾਰਤੀ ਜਨਤਾ ਪਾਰਟੀ ਨੇ ਤੁਸੀਂ ਇਕੱਲੇ ਕੋਵਿਡ ਵੈਕਸੀਨੇਸ਼ਨ ਦੀ ਜਿਹੜੀ ਕੀਮਤ ਆ ਉਹਨੂੰ ਜਮ੍ਹਾਂ ਕਰ ਲਓ ਨਾ ਫਿਗਰਾਂ ਨਹੀਂ ਗਿਨੀਆਂ ਜਾਂਦੀਆਂ ਕਿੰਨੇ ਅਰਬ ਕਿੰਨੇ ਕਿੰਨੇ ਲੱਖ ਅਰਬ ਕਰੋੜ ਰੁਪਏ ਜਿਹੜੇ ਹੈਗੇ ਆ ਉਹ ਸਿਰਫ ਜਾਨ ਬਚਾਉਣ ਲਈ ਦੇਸ਼ ਦੇ ਨਾਗਰਿਕਾਂ ਦੀ ਇਹ ਮੋਦੀ ਸਰਕਾਰ ਜਿਹੜੀ ਆ ਉਹ ਖਰਚ ਕਰ ਰਹੀ ਆ ਮਹਿੰਗਾਈ ਦੇ ਬਹੁਤ ਕਾਰਨ ਹੁੰਦੇ ਆ ਹਰ ਵਾਰੀ ਸਰਕਾਰ ਕਾਰਨ ਨਹੀਂ ਹੁੰਦੀ ਕੋਚਾਗਾ ਮੌਸਮ ਕੋਈ ਮਾੜਾ ਮੌਸਮ ਠੀਕਾ ਪਹਿਲਾਂ ਪੈਟਰੋਲੀਅਮ ਪਦਾਰਥ ਜਿਹੜੇ ਸੀ ਉਹ ਗਵਰਨਮੈਂਟ ਕੰਟਰੋਲਡ ਸੀਗੇ ਇਹ ਮਨਮੋਹਨ ਸਿੰਘ ਦੀ ਸਰਕਾਰ ਸੀ ਜੀਨੇ ਉਹਨਾਂ ਨੂੰ ਖੁੱਲੇ ਛੱਡਿਆ ਮਾਰਕੀਟ ਇੰਟਰਨੈਸ਼ਨਲ ਮਾਰਕੀਟ ਵੈਲਿਊ ਦੇ ਨਾਲ ਜੋੜਿਆ ਉਹ ਸਿਸਟਮ ਚੱਲਿਆ ਆ ਰਿਹਾ ਹੁਣ ਜਦੋਂ ਵੀ ਉੱਪਰ ਥੱਲੇ ਹੁੰਦੇ ਆ ਉਹ ਇੰਟਰਨੈਸ਼ਨਲ ਮਾਰਕੀਟ ਦੇ ਨਾਲ ਚੱਲਦੇ ਆ ਨੰਬਰ 1 ਨੰਬਰ 2 ਜਿਹੜੇ ਪੈਟਰੋਲੀਅਮ ਪਦਾ ਪਦਾਰਥ ਹੈਗੇ ਆ ਉਹ ਸਾਰੇ ਜੀਐਸਟੀ ਤੋਂ ਬਾਹਰ ਰੱਖੇ ਗਏ ਆ ਉਹ ਸੈਂਟਰ ਦੀ ਗਵਰਨਮੈਂਟ ਦਾ ਉਹਦੇ ਵਿੱਚ ਕੋਈ ਕਸੂਰ ਨਹੀਂ ਇੱਕ ਜਿਹੜੀ ਜੀਐਸਟੀ ਕੌਂਸਲ ਆ ਉਹਨੇ ਹੀ ਫੈਸਲਾ ਲੈਣਾ ਕਿ ਇਹਨਾਂ ਨੂੰ ਜੀਐਸਟੀ ਦੇ ਵਿੱਚ ਲੈ ਕੇ ਆਣਾ ਜਾਂ ਨਹੀਂ ਲੈ ਕੇ ਆਣਾ ਔਰ ਪੰਜਾਬ ਦੀ ਸਰਕਾਰ ਪੰਜਾਬ ਦੇ ਵਿੱਤ ਮੰਤਰੀ ਸਭ ਤੋਂ ਵੱਡੇ ਇਹਦੇ ਵਿੱਚ ਬੋਕਲ ਆਪਣੀ ਗੱਲ ਰੱਖਦੇ ਆ ਹੋ ਕੇ ਬੋਕਲ ਹੋ ਕੇ ਪਈ ਇਹ ਜੀਐਸਟੀ ਚ ਨਹੀਂ ਆਣਾ ਚਾਹੀਦਾ ਇਹਦਾ ਇੱਕੋ ਇੱਕ ਰਾਜਾ ਜੇ GST ਚ ਆ ਜਾਂਦਾ ਆ ਤਾਂ ਇਹਦਾ ਟੈਕਸ ਕੰਟਰੋਲ ਹੋ ਜਾਏਗਾ ਸੋ ਸਟੇਟ ਦਾ ਬਹੁਤ ਵੱਡਾ ਰੋਲ ਆ ਇਸ ਮਹਿੰਗਾਈ ਦੇ ਵਿੱਚ ਸੋ ਕੇਂਦਰ ਦਾ ਵੀ ਕੋਈ ਵੱਡਾ ਰੋਲ ਨਹੀਂ ਉਹਨਾਂ ਦੇ ਟੈਕਸ ਵੀ ਸਿਮILAR ਆ ਔਰ ਬਹੁਤ ਸਾਰੇ ਹੋਰ ਫੈਕਟਰ ਵੀ ਆ ਜਿਹੜੇ ਮਹਿੰਗਾਈ ਵਧਾਉਂਦੇ ਆ ਸੋ ਸਭ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਤੁਹਾਡੇ ਕੋਲੋਂ ਹੁਣ ਤੁਸੀਂ ਲਗਾਤਾਰ ਵਿਚਾਰ ਰਹੇ ਹੋ ਹਾਲਾਂਕਿ ਤੁਸੀਂ ਜਦੋਂ ਕਿਸਾਨੀ ਅੰਦੋਲਨ ਵੀ ਸੀ ਤੁਸੀਂ ਟੇਕੇ ਘਰ ਨਹੀਂ ਬੈਠੇ ਲੋਕਾਂ ਦੇ ਵਿੱਚ ਵਿਚ ਰਹੇ ਹੋ ਕਿ ਜ਼ਿਆਦਾਤਰ ਸਮੱਸਿਆਵਾਂ ਨੇ ਜਿਹੜੀਆਂ ਜ਼ਿਆਦਾਤਰ ਉੱਭਰ ਕੇ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਲੋਕਾਂ ਦੀਆਂ ਸਮੱਸਿਆ ਲੋਕਾਂ ਦਾ ਤਾਂ ਸਾਰੇ ਜਿੱਥੇ ਵੀ ਜਾਣਦੇ ਆ ਉਹ ਕਹਿੰਦੇ ਜੀ ਸਾਡਾ 5 ਸਾਲ ਤਾਂ ਬਰਬਾਦ ਚਲੇ ਗਏ ਵਿਕਾਸ ਸਾਡਾ ਰੁਕ ਗਿਆ ਅਸੀਂ ਤਾਂ 10 ਸਾਲ ਪਿੱਛੇ ਪੈ ਗਏ ਸੋ ਉਹਨਾਂ ਕੋਲ ਉਹਨਾਂ ਦੇ ਸਾਹਮਣੇ ਪਿਕਚਰ ਆ ਸਾਡੇ ਵੇਲੇ ਦੇ ਵਿਕਾਸ ਦੀ ਔਰ ਚੀਜ਼ਾਂ ਮੂੰਹ ਬੋਲਦੀਆਂ ਜ਼ਮੀਨ ਤੇ ਗਰਾਊਂਡ ਤੇ ਖੜੀਆਂ ਹੈਗੀਆਂ ਇਹਨਾਂ ਦਾ ਵਿਕਾਸ ਤਾਂ ਕੋਈ ਮੈਨੂੰ ਲੱਗਦਾ ਹਿਡਨ ਵਿਕਾਸ ਹੈਗਾ ਕੋਈ ਲੁਕਿਆ ਹੋਇਆ ਵਿਕਾਸ ਸਾਜੀ ਦੀ ਇਹ ਰੋਲਾ ਪਾਈ ਜਾਂਦੇ ਆ ਔਰ ਜਿੱਥੇ ਵੀ ਇਹਨਾਂ ਨੇ ਵਿਕਾਸ ਤੇ ਨਾ ਤੇ ਕੁਝ ਕੀਤਾ ਹੈ ਉੱਥੇ ਕਿਤੇ ਨਾ ਕਿਤੇ ਉਹਦੀ ਸਮੈਲ ਆਂਦੀ ਆ ਕਪਲੇਵਾਜੀ ਦੀ ਜਾਂ ਉਹਦੇ ਵਿੱਚ ਟੇਡਾ ਮੇਡਾ ਵਿਕਾਸ ਸਾਜ ਦੀ ਜਰੂਰਤ ਨਹੀਂ ਸੀ ਕਿਤੇ ਕਚਹਿਰੀ ਮਰੇ ਸਾਈਕਲ ਖੜੇ ਕੀਤੇ ਆ ਕਿਤੇ ਘੰਟਾ ਘੜ ਤੋਂ ਲੈ ਕੇ ਗੋਰਾ ਗੇਟ ਤੱਕ ਦੀ ਚੰਗੀ ਭਲੀ ਸੜਕ ਪੱਟ ਕੇ ਟਾਈਲਾਂ ਲਗਾਉਣ ਦੇ ਵਿੱਚ ਟਾਈਲਾਂ ਦੇ ਕੁਆਲਿਟੀ ਦੇ ਵਿੱਚ ਹੈਗਾ ਕਿਤੇ ਸਤਹਰੀ ਰੋਡ ਤੇ ਬਿਨਾਂ ਬਿਨਾਂ ਲੋੜ ਤੋਂ ਲੁੱਕ ਪਾ ਕੇ ਉੱਚੀ ਉੱਚੀ ਉੱਥੇ ਐਕਸੀਡੈਂਟ ਹੋ ਰਹੇ ਆ ਸੋ ਮੈਰਿਜ ਪੈਲੇਸ ਬਣਾਉਣਾ ਕੋਈ ਸਰਕਾਰਾਂ ਦਾ ਕੰਮ ਨਹੀਂ ਮੈਰਿਜ ਪੈਲੇਸ ਹੀ ਬਣਾਈ ਜਾ ਰਿਹਾ ਤਾਂ ਕਿ ਆਪਣੇ ਬੰਦਿਆਂ ਨੂੰ ਠੇਕੇ ਤੇ ਦੇ ਕੇ ਠੇਕਾ ਮਸੂਲਿਆ ਜਾਵੇ ਉਹਨਾਂ ਦੀ ਕੰਮ ਆਮਦਨ ਕਰਵਾਈ ਜਾਵੇ ਗਊਸ਼ਾਲਾਾਂ ਸੀ ਬਨਵਾਈਆਂ ਗਊਸ਼ਾਲਾ ਵੀ ਰਾਜਨੀਤੀ ਦੀ ਭੇਂਟ ਇਹਨਾਂ ਨੇ ਚੜਾਈਆਂ ਆਪਣੇ ਚਿਹਤਿਆਂ ਨੂੰ ਉੱਥੇ ਮੈਨੇਜਮੈਂਟ ਦੇ ਕੇ ਸੋ ਇਸ ਤਰ੍ਹਾਂ ਨਾ ਇਹਨਾਂ ਦਾ ਕੋਈ ਵਿਕਾਸ ਨਹੀਂ ਉਹਦੇ ਵਿੱਚ ਇੱਕ ਹਿਡਨ ਡੰਡਾ ਅਜੰਡਾ ਹੁੰਦਾ ਆ ਕਿ ਅਸੀਂ ਆਪਣੇ ਲੋਕਾਂ ਨੂੰ ਲਾਭ ਕਿਦਾਂ ਪਹਚਾਣਾ ਤੇ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਸਿੱਧੂ ਜੁੜਾ ਪਹਿਲਾਂ ਤੋਂ ਹੀ ਚਰਨਜੀਤ ਚੰਨੀ ਨੂੰ ਬੜੇ ਲੰਮੇ ਹੱਥੀ ਲੈ ਰਿਆ ਸੀਗਾ ਹੁਣ ਤਾਂ ਨਵਜੋਤ ਸਿੰਘ ਸਿੱਧੂ ਦੀ ਧੀ ਹੈ ਜਿਹੜੀ ਉਹ ਵੀ ਚੋਣ ਪ੍ਰਚਾਰ ਤੋਂ ਹਨ ਚੰਨੀ ਤੇ ਬੜੀ ਕਾਫੀ ਵੱਧ ਰਹੀ ਹੈ ਕੋਈ ਗਰੀਬ ਆਦਮੀ ਨਹੀਂ ਸਾਡੇ ਤੋਂ ਜ਼ਿਆਦਾ ਪ੍ਰੋਪਰਟੀ ਹੈ ਕਹਿੰਦੀ ਹੈ ਇਹ ਕਾਊਂਟੈਂਟ ਦੀ ਉਹਦੇ ਖਾਤੇ ਦੀ ਚੰਨੀ ਤੇ ਖਾਤੇ ਦੀ ਜਾਂਚ ਹੋਣੀ ਚਾਹੀਦੀ ਹੈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਾਰਾ ਮੁੱਦਾ ਬਿਲਕੁਲ ਹੋਣੀ ਚਾਹੀਦੀ ਆ ਕੈਪਟਨ ਮੰਨਦਾ ਸਿੰਘ ਵੇਲੇ ਇੱਕ ਐਫ ਆਈ ਆਰ ਦਰਜ ਹੋਈ ਸੀਗੀ ਮਾਈਨਿੰਗ ਦੀ ਉਹ ਉਹਦੇ ਵਿੱਚ ਈ ਡੀ ਐਨਫੋਰਸਮੈਂਟ ਡਿਪਾਰਟਮੈਂਟ ਜਾਂਚ ਕਰਦਾ ਕਰਦਾ ਚੰਨੀ ਦੇ ਘਰ ਤੱਕ ਪਹੁੰਚ ਚੁੱਕਾ ਹੈ ਜਿਹੜਾ ਚੰਨੀ ਸ਼ਾਲ ਦੀ ਬੁੱਕਲ ਲੈ ਕੇ ਆਪਣੇ ਆਪ ਨੂੰ ਨਮਾਨਾ ਜਾਂ ਗਰੀਬ ਜਿਹਾ ਦੱਸਦਾ ਸੀ ਮੁੱਖ ਮੰਤਰੀ ਚਰਖੇ ਚਲਾਉਣ ਵਾਲਾ ਤੇ ਖੋਖੇ एलान ਵਾਲਾ ਤੇ ਰੇੜੀਆਂ ਬਣਾਉਣ ਚਲਾਉਣ ਵਾਲਾ ਤੇ ਉਹ ਚੰਨੀ ਦਾ ਪਾਂਜਾ ਤਾਜੀ-ਤਾਜੀ 10 ਕਰੋੜ ਕਮਾਈ ਉਹਦੇ ਆਈ ਸੀ ਜਿਹੜੀ ਉਹ ਈਡੀ ਨੇ ਫੜ ਲਈ ਸੀ ਬਾਕੀ ਪਤਾ ਨਹੀਂ ਕਿੰਨੇ ਆਏ ਤੇ ਕਿੰਨੇ ਗਏ ਤਾਂ ਉਹ ਬਿਨਾ ਚੰਨੀ ਦੀ ਸਰਪ੍ਰਸਤੀ ਤੋਂ ਇਹ ਕੰਮ ਹੋ ਸਕਦਾ ਸੀ ਇੰਨੀ ਵੱਡੀ ਕਮਾਈ ਜਿਹੜੀ ਉਹ ਮਾਈਨਿੰਗ ਚੋਂ ਕਰ ਰਹੇ ਆ ਚੰਨੀ ਕਹਿੰਦੇ ਆ ਕਿ ਜੇਕਰ ਮੈਂ ਕਿਸੇ ਬੀਜੇਪੀ ਦੇ ਪਿੱਛੇ ਲੱਗ ਕੇ ਕਿਸਾਨਾਂ ਦੇ ਡਾਂਗਾ ਭਰਾਈਆਂ ਹੁੰਦੀਆਂ ਤਾਂ ਚੰਨੀ ਬੀਜੇਪੀ ਨੂੰ ਚੰਗਾ ਲੱਗਣਾ ਸੀਗਾ ਜੇਕਰ ਮੈਂ ਜੀ ਹਾਂ ਨਹੀਂ ਕੀਤਾ ਤਾਂ ਹੁਣ ਈਡੀ ਮੇਰੇ ਪੱਲੇ ਪਾ ਦਿੱਤੇਗੇ ਉਹਨਾਂ ਵੱਲੋਂ ਡਾਂਗਾ ਬਣਾਉਣ ਦੀ ਲੋੜ ਕੀ ਸੀ ਜੀ ਸਿਕਿਉਰਿਟੀ ਟਾਈਟ ਕਿਉਂ ਨਹੀਂ ਕਰ ਸਕਦਾ ਸੀ ਚੰਨੀ ਉਹਨੂੰ ਪਤਾ ਨਹੀਂ ਸੀਗਾ ਵੀ ਮੁੱਖ ਮੰਤਰੀ ਆ ਰਹੇ ਆ ਉਹਨਾਂ ਨੂੰ ਰਿਸੀਵ ਕਰ ਪ੍ਰਾਈਮ ਮਿਨਿਸਟਰ ਆ ਰਹੇ ਆ ਉਹਨਾਂ ਨੂੰ ਰਿਸੀਵ ਕਰਨ ਕਿਉਂ ਨਹੀਂ ਗਿਆ ਇਹਨਾਂ ਦੇ ਅਫਸਰ ਵੱਡੇ ਕਿਉਂ ਨਹੀਂ ਗਏ ਰਿਸੀਵ ਇਹਦਾ ਮਤਲਬ ਉਹਨਾਂ ਦੀ ਨੀਅਤ ਤੇ ਖਰਾਬ ਸੀ ਡਾਂਗਾ ਮਾਰਨੇ ਦੀ ਤਾਂ ਤਾਂ ਲੋੜ ਪੈਂਦੀ ਜੇ ਉੱਥੇ ਕਿਸਾਨ ਪਹੁੰਚਦੇ ਨਾ ਕਦੀ ਪ੍ਰਾਈਮ ਮਿਨਿਸਟਰ ਦੇ ਰੂਟ ਤੇ ਵੀ ਇਹਨਾਂ ਲੂਜ਼ ਰਸਤਾ ਰੱਖਿਆ ਹੁੰਦਾ ਭਈ ਜਿਹੜਾ ਮਰਜ਼ੀ ਆਈ ਚੱਲੇ ਜਿਹੜਾ ਮਰਜ਼ੀ ਜਾਈ ਚੱਲੇ ਚਾਹੇ ਕੋਈ ਕਿਸੇ ਪਾਰਟੀ ਦਾ ਹੋਵੇ ਚਾਹੇ ਕੋਈ ਅੰਦੋਲਨਕਾਰੀ ਹੋਵੇ ਕਦੀ ਵੀ ਨਹੀਂ ਐਸਾ ਹੁੰਦਾ ਚੰਨੀ ਦੇ ਆਪਣੇ ਜਿਹੜੇ ਰੂਟ ਹੁੰਦੇ ਉਹ ਹਮੇਸ਼ਾ ਸੀਲਡ ਹੁੰਦੇ ਹੈਗੇ ਸੋ ਡਾਂਗਾ ਮਰਾਂਦੀ ਤਾਂ ਸਥਿਤੀ ਆ ਹੀ ਨਹੀਂ ਸਕਦੀ ਸੀ ਜੇ ਪਹਿਲਾਂ ਹੀ ਪ੍ਰੀਵੈਂਟਿਵ ਸਾਰੀ ਸਿਕਿਉਰਿਟੀ ਹੁੰਦੀ ਤਾਂ ਆਖਰੀ ਸਵਾਲ ਹੈ ਜੇਕਰ ਉਹ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਗੱਠਜੋੜ ਕਰਨ ਦੀ ਲੋੜ ਪੈਂਦੀ ਹੈ ਅਕਾਲੀ ਦਲ ਦੇ ਨਾਲ ਤੁਹਾਡੀ ਕੀ ਪ੍ਰਤੀਕਿਰਿਆ ਇਸ ਬਾਬਤ ਕਿਉਂਕਿ ਭਾਜਪਾ ਦੇ ਇੱਕ ਆਗੂ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਡਾ ਭਰਾ ਬਣ ਕੇ ਆਂਦਾ ਸੀ ਤੇ ਹੁਣ ਛੋਟਾ ਭਰਾ ਬਣ ਕੇ ਆਵੇਗਾ ਨਹੀਂ ਰਿਜ਼ਲਟ ਆਂਦਿਓ ਰਿਜ਼ਲਟ ਦੇ ਬਾਅਦ ਹੀ ਫੈਸਲੇ ਹੁੰਦੇ ਆ ਕਿੰਨੇ ਇੰਡੀਪੈਂਡੈਂਟ ਕਿੰਨੇ ਅਕਾਲੀ ਕਿੰਨੇ ਕਿਹੜੇ ਕਿੰਨੇ ਕਿਹੜੇ ਵੈਸੇ ਤਾਂ ਅਸੀਂ ਆਪਣੇ ਪ्युअर ਸਰਕਾਰ ਆਪਣੇ ਗਠਵੰਦਾਂ ਦੀ ਬਣਾਣੀ ਜਾ ਰਹੇ ਆ ਉਹ ਹੱਲੇ ਇਸ ਕਰਕੇ ਐਲਾਈਅੰਸ ਦਾ ਕੋਈ ਸਵਾਲੇ ਨਹੀਂ ਪੈਦਾ ਹੁੰਦਾ ਜਿਹੜੀ ਜਿਹਦਾ ਸਵਾਲ ਨਹੀਂ ਪੈਦਾ ਹੁੰਦਾ ਉਹਦਾ ਜਵਾਬ ਕਰਦਾ ਦਿਨਾ ਓਕੇ ਸੋ ਇਸ ਨੇ ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਤੇ ਐਕਸ਼ਨ ਸੂਤ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਔਰ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਨਵਾਂ ਪੰਜਾਬ ਹੈ ਜਿਹੜਾ ਸੂਬਾ ਵਾਸੀਆਂ ਨੂੰ ਸਿਰਜ ਕੇ ਦਿੱਤਾ ਜਾਵੇਗਾ ਤੇ ਵਿਕਾਸ ਕੰਮ ਹੈ ਜਿਹੜੇ ਜੋਰ-ਸ਼ੋਰ ਨਾਲ ਸ਼ੁਰੂ ਕੀਤੇ ਜਾਣਗੇ ਕੈਮਰਾ ਪਰਸਨ ਅਵਨੀਤ ਸਿੰਘ ਚੀਮਾ ਦੇ ਨਾਲ ਚੇਤਨ ਕਸ਼ਪ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਿਆਰਪੁਰ ਨਿਊਜ਼ ਦੇ ਨਾਲ We are a multicultural network community. We groom competent global citizens to affect positive change around them.